ਜਾਨੀ ਜੀ ਸਾਡੀ ਜੰਗ ਚ ਇੰਡੀਆ ਹੈਜ਼ ਆਫੀਸ਼ੀਅਲੀ ਅਡਾਪਟਡ ਦਾ ਬਿਟਕੋਇਨ ਐਜ਼ ਲੀਗਲ ਟੈਂਡਰ ਇਹ ਟਵੀਟ ਸੀ ਜੀ ਪੀਐਮਓ ਆਫਿਸ ਵੱਲੋਂ ਅਜ ਰਾਤ 2 ਵਜੇ 12 ਦਸੰਬਰ ਨੂੰ ਇੱਕ ਘੰਟੇ ਬਾਅਦ ਟਵੀਟ ਆਂਦਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਦਾ ਟਵਿੱਟਰ ਹੈਂਡਲ ਜਿਹੜਾ ਹੈਕ ਹੋ ਗਿਆ ਤੇ ਜਿਹੜੇ ਪਿਛਲੇ ਟਵੀਟ ਨੇ ਉਹਨਾਂ ਨੂੰ ਇਗਨੋਰ ਕੀਤਾ ਜਾਵੇ ਹੈਕਿੰਗ ਪੀਰੀਅਡ 'ਚ ਇਹ ਹਾਲਾਤ ਹੈ ਇਸ ਮੁਲਕ ਦੇ ਵਿੱਚ ਸਾਈਬਰ ਸਿਕਿਉਰਿਟੀ ਦੇ ਉਸ ਤੋਂ ਬਾਅਦ ਟਵਿੱਟਰ ਨੇ ਵੀ ਕਈ ਕਲੈਰੀਫਿਕੇਸ਼ਨਾਂ ਦਿੱਤੀਆਂ ਹੁਣ ਵੱਡੀ ਗੱਲ ਜਿਹੜੀ ਹੈ ਤੁਹਾਡੀ ਪ੍ਰਾਈਵੇਸੀ ਤੇ ਆ ਤੁਹਾਡੇ ਆਪਣੇ ਡਾਟਾ ਤੇ ਆ ਪ੍ਰਾਈਮ ਮਿੰისტਰ ਦਾ ਤੇ ਕੋਈ ਲੈਣਾ ਦੇਣਾ ਨਹੀਂ ਪ੍ਰਾਈਮ ਮਿੰისტਰ ਸਾਹਿਬ ਦੇ ਅੱਗੇ ਫਕੀਰ ਨੇ ਇਹਨਾਂ ਦਾ ਜੋ ਮਰਜ਼ੀ ਹੈਕ ਹੋ ਜਾਏ ਕੋਈ ਫਰਕ ਨਹੀਂ ਪੈਂਦਾ ਬਿਟਕੋਇਨ ਜਿਹੜੇ ਡੀਲ ਕਰਦੇ ਆ ਉਹਨਾਂ ਚੋਂ ਖੁਸ਼ੀ ਦੀ ਲਹਿਰ 1 ਘੰਟੇ ਲਈ ਰਹੀ ਰਿਫਿਊਜ਼ ਹੋ ਗਈ ਪਰ ਗੱਲ ਇਹ ਹੈਗੀ ਹੈ ਜੀ ਕਿ ਅਰਬਾਂ ਲੋਕਾਂ ਦਾ ਕਰੋੜਾਂ ਲੋਕਾਂ ਦਾ 130 ਕਰੋੜ ਲੋਕਾਂ ਦਾ ਆਧਾਰ ਕਾਰਡ ਬਾਇਓਮੈਟ੍ਰਿਕ ਡਾਟਾ ਸਭ ਕੁਝ ਔਨਲਾਈਨ ਹੈਗਾ ਜੇ ਪੀਐਮਓ ਤੇ ਭਾਰਤੀ ਹਕੂਮਤ ਸਾਈਬਰ ਸਿਕਿਉਰਿਟੀ ਨੂੰ ਸੀਰੀਅਸ ਲੈਂਦੀ ਵੀ ਹੈ ਤਾਂ ਤੁਹਾਡਾ ਡਾਟਾ ਜਿਹੜਾ ਵਾ ਉਹ ਕੀ ਵਿਦੇਸ਼ੀਆਂ ਦੇ ਹੱਥਾਂ 'ਚ ਤ ਨਹੀਂ ਕੁਮ ਰਿਹਾ ਇਹਦੇ ਵੱਡੇ ਸਵਾਲ ਆਪੋਜੀਸ਼ਨ ਵੀ ਚੱਕ ਰਹੀ ਹੈ ਜੀ ਔਰ ਅਸੀਂ ਵੀ ਚੱਕਾਂਗੇ ਉਹਦਾ ਕਾਰਨ ਇਹ ਹੈ ਜੀ ਕਿ ਮੋਕੇ ਦੇ ਵਜ਼ੀਰ-ਏ-ਆਜ਼ਮ ਦਾ ਆਪਣਾ ਟਵਿੱਟਰ ਅਕਾਊਂਟ ਜਦੋਂ ਹੈਕ ਹੋ ਜਾਂਦਾ ਔਰ ਟਵਿੱਟਰ ਕਹਿੰਦੇ ਸਾਡੇ ਵਾਲੇ ਐਂਡ ਤੋਂ ਕੋਈ ਗੜਬੜ ਨਹੀਂ ਹੋਈ ਤੇ ਫਿਰ ਗੜਬੜ ਹੋਈ ਕਿੱਥੋਂ ਗੜਬੜ ਪੀਐਮਓ ਤੋਂ ਹੋਈ ਆਈਟੀ ਡਿਪਾਰਟਮੈਂਟ ਵੱਲੋਂ ਹੋਈ ਕੋਈ ਬਿਊਰੋਕਰੇਸੀ ਦੇ ਅੰਦਰ ਕੋਈ ਅੱਦਾ ਦਾ ਸਿਸਟਮ ਸੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਸਾਡਾ ਡਾਟਾ ਕਿੰਨਾ ਕੁ ਸੇਵ ਹੈਗਾ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ ਪਰ ਵੱਡੀ ਗੱਲ ਇਹ ਕਰਾਂਗੇ ਜੀ ਕਿ ਪ੍ਰਾਈਮ ਮਿਨਿਸਟਰ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਤੇ ਰਾਤੀ 2 ਵਜੇ ਟਵੀਟ ਹੁੰਦਾ ਕਿ ਇੰਡੀਆ ਹੈਜ਼ ਆਫੀਸ਼ੀਅਲੀ ਅਡਾਪਟਡ ਦਾ ਬਿਟਕੋਇਨ ਐਜ਼ ਅ ਲੀਗਲ ਟੈਂਡਰ ਕਿ ਲੀਗਲ ਟੈਂਡਰ ਦੇ ਤੌਰ ਤੇ ਨੋਟ ਦੇ ਤੌਰ ਤੇ ਕਰੰਸੀ ਦੇ ਤੌਰ ਤੇ ਬਿਟਕੋਇਨ ਨੂੰ ਅਕਸੈਪਟ ਕਰ ਲਿਆ ਗਿਆ ਜਿਹਨੂੰ ਅਗਲੇ ਦਿਨ ਹੀ 1 ਘੰਟੇ ਬਾਅਦ ਹੀ ਆਫੀਸ਼ੀਅਲੀ ਡਿਨਾਈ ਕੀਤਾ ਜਾਂਦਾ ਔਰ ਸਾਈਬਰ ਸੈਕਿਉਰਿਟੀ ਨੂੰ ਸੀਰੀਅਸ ਨਾ ਲੈਣ ਵਾਲਾ ਇਹ ਮੁਲਕ ਅਗੋ ਇਹਦੇ ਕਿੰਨੇ ਖਮਿਆਤੇ ਭੁਗਤੇਗਾ ਇਹਦੀ ਵੱਡੇ ਪੱਧਰ ਤੇ ਗੱਲ ਹੋਣੀ ਚਾਹੀਦੀ ਹੈ ਇੰਟਰਨਲ ਸਕਿਉਰਿਟੀ ਐਕਸਟਰਨਲ ਸਕਿਉਰਿਟੀ ਬਾਰਡਰ ਸਕਿਉਰਿਟੀ ਤੇ ਅੱਜ ਦੁਨੀਆਂ ਸਾਈਬਰ ਸਕਿਉਰਿਟੀ ਬਾਰੇ ਵੀ ਸੋਚਦੀ ਹੈ ਪਰ ਆਪਣਾ ਮੁਲਕ ਕਿੱਥੇ ਖੜਾ ਨਮਾ ਮੋਦੀ ਦਾ ਆਪਣੇ ਟਵਿੱਟਰ ਹੈਂਡਲ ਹੈਕ ਹੋ ਗਿਆ ਵੱਡੀ ਖਬਰ ਜੀ ਜੰਗ ਜੰਗ